ਸਤਿ ਸ਼੍ਰੀ ਅਕਾਲ ਮੇਰਾ ਨਾਮ ਇੰਦਰ ਗੋਲਡੀ ਇੰਦਰ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਐਂਡ ਥੈਂਕ ਯੂ ਸੋ ਮੱਚ ਤੁਸੀਂ ਮੇਰੇ ਚੈਨਲ ਨੂੰ ਇੰਨਾ ਸਪੋਰਟ ਕਰ ਰਹੇ ਹੋ ਸਬਸਕ੍ਰਾਈਬ ਕਰ ਰਹੇ ਹੋ ਪਲੀਜ਼ ਇਦਾਂ ਹੀ ਸਬਸਕ੍ਰਾਈਬ ਕਰਦੇ ਰਹੋ ਮੇਰੇ ਚੈਨਲ ਨੂੰ ਜੋ ਵੀ ਮੇਰੇ ਚੈਨਲ ਤੇ ਨਵੇਂ ਨੇ ਇਸ ਵੀਡੀਓ ਨੂੰ ਦੇਖ ਰਹੇ ਨੇ ਪਲੀਜ਼ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਪਲੀਜ਼ ਐਂਡ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗ ਰਹੀਆਂ ਨੇ ਅੱਜ ਮੈਂ ਤੁਹਾਡੇ ਸਾਹਮਣੇ ਤਿੰਨ ਸੂਟ ਲੈ ਕੇ ਆਈ ਹਾਂ ਇਹ ਵੀ ਤੁਸੀਂ ਨਾ ਆਲਰੇਡੀ ਦੇਖੇ ਹੋਏ ਨੇ ਸੂਟ ਲਾਈਕ ਇਹ ਮੇਰੇ ਡਿਜ਼ਾਈਨਸ ਦੇਖੇ ਹੋਏ ਨੇ ਪਰ ਉਹਨਾਂ ਦੇ ਹੁਣ ਜਿਹੜੇ ਕਲਰਸ ਨੇ ਨਾ ਇੱਕ ਦਾ ਕਲਰ ਅਸੀਂ ਬਿਲਕੁਲ ਹੀ ਚੇਂਜ ਕੀਤਾ ਆ ਬਿਕੋਜ਼ ਸਾਰੇ ਸੇਮ ਆ ਰਹੇ ਸੀ ਗ੍ਰੇ ਦੇ ਉੱਤੇ ਜਾਂ ਪੈਰਟ ਦੇ ਉੱਤੇ ਆ ਰਹੇ ਸੀ ਹੁਣ ਨਾ ਕ੍ਰੀਮ ਕਲਰ ਦੇ ਉੱਤੇ ਬਟ ਉਹਨੂੰ ਹਜੇ ਸਟਿਚਿੰਗ ਦੇਣੀ ਆ ਸੀ ਸਟਿਚਿੰਗ ਤੋਂ ਬਾਅਦ ਵੀ ਮੈਂ ਫਿਨਿਸ਼ਿੰਗ ਦਿਖਾਉਂਗੀ ਉਸ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਉਹਦੀ ਫਿਨਿਸ਼ਿੰਗ ਦਿਖਾਉਣੀ ਹੈ ਕਿ ਕਿੱਦਾਂ ਦਾ ਲੱਗਦਾ ਉਸ ਤੇ ਬਾਕੀ ਇੱਕ ਸੂਟ ਹੋਰ ਵੀ ਹੈ ਜੀ ਉਹਦੀ ਨਾ ਸਲਵਾਰ ਤੇ ਵਰਕ ਹੋਇਆ ਹੋਇਆ ਸੀ ਤੁਸੀਂ ਉਹ ਵੀ ਡਿਜ਼ਾਈਨ ਬਹੁਤ ਦੇਖਿਆ ਬਟ ਤੁਸੀਂ ਨਾ ਉਹਦਾ ਦੁਪੱਟਾ ਨਹੀਂ ਸੀ ਮੈਂ ਤੁਹਾਨੂੰ ਸ਼ੋਅ ਕੀਤਾ ਇਹਦੇ ਵਿੱਚ ਵੀਡੀਓ ਦੇ ਵਿੱਚ ਹਮੇਸ਼ਾ ਉਹ ਕੱਲਾ ਸੂਟ ਹੀ ਆਇਆ ਸੋ ਅੱਜ ਮੈਂ ਤੁਹਾਨੂੰ ਉਹਦਾ ਦੁਪੱਟਾ ਦਿਖਾਉਂਗੀ ਐਂਡ ਅੱਜ ਇੱਕ ਮੇਰੇ ਕੋਲੇ ਫੁਲਕਾਰੀ ਹੈ ਪਿਓਰ ਚਨੋਨ ਦੇ ਉੱਤੇ ਉਹ ਵੀ ਤੁਸੀਂ ਮੇਰਾ ਡਿਜ਼ਾਈਨ ਦੇਖਿਆ ਹੋਇਆ ਬਟ ਹੁਣ ਮੈਂ ਰੈੱਡ ਤੇ ਬਣਾਈ ਹੈ ਐਂਡ ਉਹ ਡਿਸਕਾਊਂਟ ਤੇ ਹੈ ਜੀ ਪਲੀਜ਼ ਉਹਦਾ ਮੈਨੂੰ ਸਕਰੀਨਸ਼ਾਟ ਮਾਰ ਕੇ ਮੇਰੇ ਤੋਂ ਰੇਂਜ ਪਤਾ ਕਰ ਸਕਦੇ ਆ WhatsApp ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਫੁਲਕਾਰੀ ਦਿਖਾਉਂਗੀ ਇਹ ਡਿਜ਼ਾਈਨ ਤੁਸੀਂ ਆਲਰੇਡੀ ਦੇਖਿਆ ਹੋਇਆ ਬਟ ਨਾ ਰੈੱਡ ਤੇ ਬਣਾਇਆ ਸੀ ਅਸੀਂ ਸੋ ਇਸ ਕਰਕੇ ਮੈਂ ਤੁਹਾਨੂੰ ਅੱਜ ਸ਼ੋਅ ਕਰ ਰਹੀ ਹਾਂ ਆ ਦੇਖੋ ਇਹ ਤੁਸੀਂ ਮੇਰਾ ਨਾ ਡਿਜ਼ਾਈਨ ਯੈਲੋ ਤੇ ਦੇਖਿਆ ਹੋਇਆ ਇਹ ਸੇਮ ਡਿਜ਼ਾਈਨ ਮੈਂ ਯੈਲੋ ਤੇ ਬਣਾਇਆ ਹੋਇਆ ਉਸ ਤੋਂ ਬਾਅਦ ਆਈ ਥਿੰਕ ਮਜੈਂਟਾ ਤੇ ਬਣਾਇਆ ਹਾਂਜੀ ਮਜੈਂਟਾ ਤੇ ਬਣਾਇਆ ਹੋਇਆ ਪਰ ਰੈੱਡ ਤੇ ਮੈਂ ਫਸਟ ਟਾਈਮ ਟਰਾਈ ਕੀਤਾ ਹੈ ਇਹਨੂੰ ਬਹੁਤ ਜ਼ਿਆਦਾ ਸੋਹਣਾ ਲੱਗਿਆ ਇਹੋ ਜਿਹੇ ਡਿਜ਼ਾਈਨ ਰੈੱਡ ਤੇ ਜ਼ਿਆਦਾ ਕਾਹਦੇ ਲਈ ਉੱਠਦੇ ਨੇ ਕਿਉਂਕਿ ਨਾ ਜਿਹੜਾ ਗੋਟਾ ਪੱਤੀ ਆ ਇਹ ਗੋਲਡਨ ਕਲਰ ਦੇ ਵਿੱਚ ਆ ਨਾ ਰੈੱਡ ਦੇ ਨਾਲ ਗੋਲਡਨ ਦਾ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣਾ ਲੱਗਦਾ ਇਸ ਕਰਕੇ ਬਹੁਤ ਜ਼ਿਆਦਾ ਪ੍ਰੀਟੀ ਲੱਗ ਰਿਹਾ ਰੈੱਡ ਕਲਰ ਦੇ ਵਿੱਚ ਤਾਂ ਹੀ ਅਸੀਂ ਇਹ ਇੱਕ ਬਣਾਈ ਸੀ ਬਟ ਇਹ ਹੈਗੀ ਹੈ ਡਿਸਕਾਊਂਟ ਤੇ ਹੈਗੀ ਹੈ ਪਿਓਰ ਚਨੋਨ ਦੇ ਉੱਤੇ ਬਟ ਇਹਦੇ ਉੱਪਰ ਡਿਸਕਾਊਂਟ ਆ ਸੌਰੀ ਸੋ ਪਲੀਜ਼ ਤੁਸੀਂ ਸਾਨੂੰ ਨਾ ਮੈਸੇਜ ਕਰਕੇ ਸਕਰੀਨਸ਼ਾਟ ਕਰਕੇ ਸਾਨੂੰ ਇਹਦਾ ਪ੍ਰਾਈਸ ਪੁੱਛ ਸਕਦੇ ਹੋ ਬਾਕੀ ਇਹ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਬਣ ਸਕਦੀ ਹੈ ਇੱਕ ਹੁਣ ਰਾਇਲ ਬਲੂ ਤੇ ਬਣ ਰਹੀ ਹੈ ਇਹ ਉਸ ਦੇ ਉੱਤੇ ਵੀ ਮੈਂ ਤੁਹਾਨੂੰ ਇਹਦੀ ਫਿਨਿਸ਼ਿੰਗ ਦਿਖਾਉਂਗੀ ਕਿ ਕਿੱਦਾਂ ਦੀ ਲੱਗ ਰਹੀ ਹੈ ਫੁਲਕਾਰੀਜ਼ ਨੂੰ ਨਾ ਥੋੜਾ ਜਿਹਾ ਜ਼ਿਆਦਾ ਟਾਈਮ ਲੱਗ ਰਿਹਾ ਕੁਛ ਤਾਂ ਹੁਣ ਇਦਾਂ ਆ ਕਿ ਦਿਨ ਵੀ ਛੋਟੇ ਹੋ ਗਏ ਹਨਾ ਗਰਮੀਆਂ ਦੇ ਵਿੱਚ ਤਾਂ ਕਾਫੀ ਟਾਈਮ ਲੱਗ ਜਾਂਦਾ ਹੈ ਫੁਲਕਾਰੀ ਦੇ ਉੱਤੇ ਬਟ ਸਰਦੀਆਂ ਦੇ ਵਿੱਚ ਦਿਨ ਛੋਟੇ ਹੋ ਜਾਂਦੇ ਆ ਬਰੀਕੀ ਦਾ ਕੰਮ ਹੁੰਦਾ ਸੋ ਸਾਨੂੰ ਜਲਦੀ ਇਹਦੇ ਲਈ ਸਟਾਪ ਕਰਨਾ ਪੈਂਦਾ ਇਸ ਕਰਕੇ ਥੋੜਾ ਜਿਹਾ ਟਾਈਮ ਲੈ ਰਹੀਆਂ ਨੇ ਫੁਲਕਾਰੀਜ਼ ਬਣਨ ਤੇ ਸੋ ਜਿਨ੍ਹਾਂ ਦੇ ਵੀ ਸਾਡੇ ਕੋਲ ਆਰਡਰ ਨੇ ਪਲੀਜ਼ ਥੋੜਾ ਜਿਹਾ ਪੇਸ਼ੈਂਸ ਜ਼ਰੂਰ ਤੁਹਾਡੀਆਂ ਰੈਡੀ ਹੋਣਗੀਆਂ ਬਟ ਥੋੜਾ ਜਿਹਾ ਹੁਣ ਇਹਦੇ ਕਰਕੇ ਸਲੋ ਹੋ ਰਿਹਾ ਤਾਂ ਇਹ ਵਾਲੀ ਜਿਹੜੀ ਫੁਲਕਾਰੀ ਹੈ ਤੁਸੀਂ ਕਲਰ ਕੰਬੀਨੇਸ਼ਨ ਜਿਹੜਾ ਮਰਜ਼ੀ ਬਣਾ ਸਕਦੇ ਹੋ ਇਹਨੂੰ ਸਕਿਪ ਕਰਵਾ ਸਕਦੇ ਹੋ ਤੁਹਾਡੀ ਮਰਜ਼ੀ ਆ ਕਿਉਂਕਿ ਜਿਹੜੀ ਫੁਲਕਾਰੀ ਰੈਡੀ ਹੁੰਦੀ ਹੈ ਨਾ ਚਾਹੇ ਜਿਹੜੀ ਵੀ ਆ ਚਾਹੇ ਸਿੰਪਲ ਆ ਚਾਹੇ ਪਿਓਰ ਆ ਚਾਹੇ ਸੈਮੀ ਤੇ ਬਣਾ ਰਹੇ ਆ ਆਪਾਂ ਸਭ ਤੋਂ ਪਹਿਲਾਂ ਉਹਦੇ ਪੱਲੇ ਤੇ ਉਹਦਾ ਵਿੱਚ ਵਾਲਾ ਹੀ ਰੈਡੀ ਹੁੰਦਾ ਇਹ ਸਭ ਤੋਂ ਬਾਅਦ ਦੇ ਵਿੱਚ ਰੈਡੀ ਹੁੰਦਾ ਸੋ ਸਾਨੂੰ ਸਕਿਪ ਕਰਨਾ ਈਜ਼ੀ ਹੋ ਜਾਂਦਾ ਸੋ ਤੁਸੀਂ ਇਹਨੂੰ ਵੀ ਸਕਿਪ ਕਰਵਾ ਸਕਦੇ ਹੋ ਸਿਰਫ ਇਹ ਲੈ ਸਕਦੇ ਹੋ ਬਟ ਇਹ ਸਿੰਪਲ ਹੀ ਡਿਜ਼ਾਈਨ ਆ ਫਿਰ ਜਿਵੇਂ ਚੌਂਕੜਾ ਪੱਲਾ ਹੁੰਦਾ ਇਹ ਥੋੜਾ ਜਿਹਾ ਨਾ ਹੈਵੀ ਦੇ ਵਿੱਚ ਡਿਜ਼ਾਈਨ ਹੋ ਜਾਂਦਾ ਸੋ ਤੁਸੀਂ ਇਹਦੇ ਬਾਰੇ ਸਾਨੂੰ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਜਾਂ ਕਿਸੇ ਵੀ ਕਲਰ ਤੇ ਬਣਾਉਣਾ ਚਾਹੁੰਦੇ ਹੋ ਤਾਂ ਸਾਨੂੰ ਪਲੀਜ਼ ਸਕਰੀਨਸ਼ਾਟਸ ਕਰਕੇ ਸਾਨੂੰ ਇਹਦਾ ਪ੍ਰਾਈਸ ਵੀ ਜਾਣ ਸਕਦੇ ਹੋ ਐਂਡ ਕਲਰ ਕੰਬੀਨੇਸ਼ਨਸ ਵੀ ਤੁਸੀਂ ਦੱਸ ਸਕਦੇ ਹੋ ਜਿਹੜਾ ਨੈਕਸਟ ਸੂਟ ਆ ਨੈਕਸਟ ਸੂਟ ਹੈਗਾ ਆ ਕ੍ਰੀਮ ਦੇ ਉੱਪਰ ਇਹ ਜਿਹੜਾ ਪਹਿਲਾਂ ਤੁਸੀਂ ਨਾ ਇਹ ਵਾਲਾ ਕਲਰ ਜਿਹੜਾ ਦੇਖਿਆ ਹੈ ਗ੍ਰੇ ਦੇ ਉੱਤੇ ਦੇਖਿਆ ਹੋਊਗਾ ਸਾਰੇ ਮੇਰੇ ਜਿਹੜੇ ਕਲਰ ਚੱਲੇ ਸੀ ਨਾ ਗ੍ਰੇ ਦੇ ਉੱਤੇ ਚੱਲੇ ਸੀ ਬਟ ਇਹ ਹੁਣ ਅਸੀਂ ਕ੍ਰੀਮ ਦੇ ਉੱਪਰ ਬਣਾਇਆ ਆ ਬਹੁਤ ਲਾਈਟ ਕਲਰ ਦੇ ਕੇ ਇਹ ਜੋਰਜਟ ਦੇ ਉੱਤੇ ਬਣਿਆ ਹੋਇਆ ਇਹ ਸਟੱਫ ਅਸੀਂ ਜੋਰਜਟ ਹੀ ਯੂਜ਼ ਕੀਤਾ ਇਹਦੇ ਉੱਤੇ ਇਹਦੀ ਜਿਹੜੀ ਸਟਿਚਿੰਗ ਹੋਣੀ ਹੈ ਨਾ ਇਹਦੀ ਸਟਿਚਿੰਗ ਹੋਣੀ ਮੈਂ ਸਾਰਾ ਨਹੀਂ ਖੋਲੂੰਗੀ ਬਿਕੋਜ਼ ਹੈ ਨਾ ਇਹਦਾ ਨੈਕ ਹੀ ਬਣਿਆ ਹੋਇਆ ਇਕੱਲਾ ਬਟ ਜਿਹੜੀ ਇਹਦੀ ਸਟਿਚਿੰਗ ਹੋਊਗੀ ਨਾ ਉਹਨਾਂ ਨੇ ਸਟਿਚਿੰਗ ਇੱਥੇ ਜਿਵੇਂ ਆਪਾਂ ਚੁੰਨਟ ਨਹੀਂ ਪਵਾ ਲੈਂਦੇ ਫਰੰਟ ਦੇ ਮੂਹਰੇ ਚੁੰਨਟ ਹੁੰਦੇ ਐਂਡ ਬਟ ਚੌਕ ਜ਼ਰੂਰ ਹੁੰਦੇ ਆ ਉਹ ਵਾਲੀ ਇਹਦੀ ਸਟਿਚਿੰਗ ਹੋਊਗੀ ਐਂਡ ਜਦੋਂ ਅਸੀਂ ਇਹਦੀ ਸਟਿਚਿੰਗ ਕਰ ਦਾਂਗੇ ਨਾ ਪਾਈਪਿੰਗ ਵਗੈਰਾ ਕਰਕੇ ਸਾਰਾ ਕੁਝ ਕਰਕੇ ਇਹਦਾ ਦੁਪੱਟਾ ਵੀ ਟਾਈ ਐਂਡ ਡਾਈ ਉਹਨਾਂ ਨੇ ਕਿਹਾ ਆ ਜਦੋਂ ਸਾਰਾ ਕੁਝ ਕੰਪਲੀਟ ਹੋ ਗਿਆ ਨਾ ਮੈਂ ਜ਼ਰੂਰ ਦਿਖਾਉਂਗੀ ਜਸਟ ਤੁਹਾਨੂੰ ਨਾ ਮੈਂ ਇਹ ਦਿਖਾ ਰਹੀ ਹਾਂ ਕਿ ਇਹਦੇ ਉੱਤੇ ਵੀ ਇਹ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਕਿਉਂਕਿ ਨਾ ਆਪਾਂ ਇੱਕ ਕਲਰ ਦੇ ਉੱਤੇ ਦੇਖਿਆ ਹੋਇਆ ਇਹਨੂੰ ਪੈਰਟ ਦੇ ਉੱਤੇ ਆਈ ਥਿੰਕ ਗ੍ਰੇ ਦੇ ਉੱਤੇ ਗ੍ਰੇ ਦੇ ਉੱਤੇ ਜ਼ਿਆਦਾ ਦੇਖਿਆ ਆ ਪੈਰਟ ਦੇ ਉੱਤੇ ਆਪਾਂ ਇੱਕ ਅੱਧੀ ਵਾਰੀ ਅਸੀਂ ਇਹਦਾ ਡਿਜ਼ਾਈਨ ਬਣਾਇਆ ਤਾਂ ਕਰਕੇ ਇਹ ਬਿਲਕੁਲ ਕ੍ਰੀਮ ਆ ਇਹ ਅਸੀਂ ਡਾਈ ਕਰਵਾਇਆ ਜਿਹੜਾ ਇਹ ਕਲਰ ਡਾਈ ਇਹ ਕਲਰ ਹੈ ਨਾ ਇਹ ਡਾਈ ਹੋਇਆ ਹੋਇਆ ਇਹ ਐਜ਼ ਇਟ ਇਜ਼ ਸਾਨੂੰ ਕਲਰ ਇਦਾਂ ਮਿਲਿਆ ਨਹੀਂ ਹੈਗਾ ਜੋਰਜਟ ਦੇ ਉੱਤੇ ਸੋ ਅਸੀਂ ਡਾਈ ਕਰਵਾਇਆ ਤਾਂ ਜੇ ਤੁਹਾਨੂੰ ਇਹੋ ਜਿਹਾ ਕਲਰ ਚਾਹੀਦਾ ਹੈ ਇਸ ਦੇ ਉੱਤੇ ਤੁਸੀਂ ਕੋਈ ਵੀ ਕੰਬੀਨੇਸ਼ਨ ਬਣਾਉਣਾ ਚਾਹੁੰਦੇ ਹੋ ਸੋ ਇਹ ਡਾਈ ਹੁੰਦਾ ਜੀ ਇਦਾਂ ਕਲਰ ਆਪਾਂ ਨੂੰ ਨਹੀਂ ਐਗਜੈਕਟਲੀ ਮਿਲਦਾ ਕਿਉਂਕਿ ਜਿਹੜਾ ਇਹ ਕਲਰ ਹੈ ਇਹ ਕ੍ਰੀਮ ਕਲਰ ਆ ਸੋ ਆਪਣੇ ਕੋਲੇ ਜ਼ਿਆਦਾਤਰ ਇਹਦੇ ਵਿੱਚ ਵਾਈਟ ਕਲਰ ਆਉਂਦੇ ਨੇ ਤੇ ਇਹਦੇ ਵਿੱਚ ਨਾ ਉਹਨਾਂ ਨੇ ਲਾਈਟ ਜਾਂ ਫਿਰੋਜ਼ੀ ਆ ਗ੍ਰੀਨਿਸ਼ ਜਾਂ ਫਿਰੋਜ਼ੀ ਜਿਵੇਂ ਹੁੰਦਾ ਇੱਕ ਬੇਬੀ ਪਿੰਕ
ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਜਿਹੜਾ ਨੋਟਸ ਵਾਲੇ ਆ ਨਾ ਵਿੱਚ, ਨੋਟਸ ਵਰਕ ਕਹਿੰਦੇ ਆ ਇਹਨੂੰ, ਜਿਹੜਾ ਜਿਵੇਂ ਆਪਾਂ ਗੰਢ ਤੋਪਾ ਕਹਿ ਦਿੰਦੇ ਆ ਇਹਨੂੰ ਵੈਸੇ ਪੰਜਾਬੀ ਦੇ ਵਿੱਚ, ਤਾਂ ਉਹ ਵਾਲਾ ਇਹਦੇ ਸੈਂਟਰ ਦੇ ਵਿੱਚ ਹੋਇਆ ਹੋਇਆ। ਬਾਕੀ ਤੁਸੀਂ ਸਾਰੇ ਆ ਪਰਲਸ ਆ ਨਾ ਜਿਹੜੇ ਸਾਰੇ ਕਮੀਜ਼ 'ਤੇ ਕਰਵਾ ਸਕਦੇ ਹੋ, ਬਟ ਜਿਹੜੀ ਉਹਨਾਂ ਦੀ ਸਟਿਚਿੰਗ ਹੋਣੀ ਆ ਉਹਦੇ ਕਰਕੇ ਅਸੀਂ ਸਾਰੇ ਕਮੀਜ਼ 'ਤੇ ਨਹੀਂ ਪਾਏ, ਕਿਉਂਕਿ ਇਸ ਫਰੰਟ 'ਤੇ ਨਾ ਚੁੰਨਟ ਪੈਣੇ ਆ ਤਾਂ ਉਹਦੇ ਵਿੱਚੋਂ ਇਹ ਟੁੱਟਣ ਦਾ ਡਰ ਹੋ ਜਾਂਦਾ। ਬਾਕੀ ਇਹ ਸੋਹਣੇ ਵੀ ਨਹੀਂ ਲੱਗਣੇ। ਅਤੇ ਇੱਧਰੋਂ ਇਹਦੀਆਂ ਬਾਜੂ ਹੋਈਆਂ ਹੋਈਆਂ, ਆਹ ਦੇਖੋ ਬਾਜੂ 'ਤੇ ਸਿੰਪਲ ਹੀ ਹੈ, ਇੱਕ ਲਾਈਨਿੰਗ ਹੋਈ ਹੈ। ਬਾਕੀ ਸਟਿਚਿੰਗ ਅਸੀਂ ਇਹਦੀ ਆਪ ਕਰਨੀ ਹੈ, ਸੋ ਸਟਿਚਿੰਗ ਤੋਂ ਬਾਅਦ ਮੈਂ ਇਹਦੀ ਫਿਨਿਸ਼ਿੰਗ ਜ਼ਰੂਰ ਦਿਖਾਉਂਗੀ, ਦੁਪੱਟੇ ਦੀ ਵੀ ਅਤੇ ਉਹਦੀ ਵੀ, ਬਟ ਮੈਂ ਸਿਰਫ ਤਾਂ ਦਿਖਾ ਰਹੀ ਹਾਂ, ਕਈਆਂ ਨੇ ਬਿਨਾਂ ਸਟਿਚਿੰਗ ਤੋਂ ਲੈਣਾ ਹੁੰਦਾ, ਸੋ ਇਹ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ। ਗਰਮੀਆਂ ਦੇ ਵਿੱਚ ਵੀ ਪੈ ਸਕਦਾ, ਜ਼ਰੂਰੀ ਨਹੀਂ ਸਰਦੀਆਂ ਦੇ ਵਿੱਚ, ਤਾਂ ਥੋੜ੍ਹਾ ਜਿਹਾ ਲਾਈਟ ਕਲਰ ਆ, ਬਟ ਜੇ ਆਪਾਂ ਗਰਮੀਆਂ ਦੇ ਵਿੱਚ ਪਾਉਣਾ ਹੋਵੇ ਤਾਂ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਪ੍ਰੀਟੀ ਲੱਗੇ। ਤਾਂ ਇਹ ਦੋ ਕਲਰ ਪਹਿਣਗੇ ਜੀ ਚੁੰਨੀ ਦੇ ਉੱਤੇ, ਬੇਸ ਅਸੀਂ ਇਹ ਵਾਲਾ ਰੱਖਾਂਗੇ, ਮੇ ਬੀ ਹਜੇ ਅਸੀਂ ਡਿਸਾਈਡ ਕਰ ਰਹੇ ਹਾਂ, ਬਟ ਦੋ ਕਲਰ ਇਹ ਰੱਖਾਂਗੇ। ਸੋ ਇੱਦਾਂ ਦੇ ਜਿਹੜੇ ਡਿਜ਼ਾਈਨਿੰਗ ਹੁੰਦੇ ਆ ਨਾ, ਜਿਨ੍ਹਾਂ ਦਾ ਪਹਿਲਾਂ ਹੀ ਲਾਈਟ ਕਲਰ ਆ, ਉਹਦੇ 'ਤੇ ਜੇ ਆਪਾਂ ਹੋਰ ਵੀ ਲਾਈਟ ਕਲਰ ਪਾਉਣੇ ਨਾ, ਸੋਹਣੇ ਲੱਗਦੇ ਨੇ, ਕਿਉਂਕਿ ਆਪਣੇ ਇੰਡੀਆ ਦੇ ਵਿੱਚ ਆਪਾਂ ਜ਼ਿਆਦਾਤਰ ਜ਼ਿਆਦਾ ਡਾਰਕ ਕਲਰ ਨਹੀਂ ਪਾ ਸਕਦੇ, ਡਾਰਕ ਸਿਰਫ ਡਿਸੰਬਰ ਜਨਵਰੀ ਫੈਬਰੀ 'ਚ ਹੀ ਪੈਂਦੇ ਆ 3 ਕੁ ਮਹੀਨੇ, ਬਟ ਹੁਣ ਤਾਂ ਜਿਹੜੇ ਹਿਸਾਬ ਨਾਲ ਮੀਨਸ ਮੌਸਮ ਚੱਲ ਰਿਹਾ, ਮੈਨੂੰ ਲੱਗਦਾ ਉਹ ਵੀ ਨਹੀਂ ਪਿਆ ਕਰਨੇ। ਸੋ ਇੱਕ ਇਹ ਕਲਰ ਆ, ਇਹਦੇ ਲਈ ਵੀ ਤੁਸੀਂ ਸਾਨੂੰ ਸਕਰੀਨਸ਼ੋਟ ਕਰਕੇ ਪਲੀਜ਼, ਇਹਦਾ ਪ੍ਰਾਈਸ ਪਤਾ ਹੀ ਆ ਜ਼ਿਆਦਾਤਰ ਸਾਰਿਆਂ ਨੂੰ, ਕਿਉਂਕਿ ਮੈਂ ਆਲਰੇਡੀ ਸਾਰੇ ਦਿਖਾਏ ਹੋਏ ਨੇ ਇਹ ਸੂਟ, ਬਟ ਤੁਸੀਂ ਕਲਰ ਦੇਖ ਸਕਦੇ ਹੋ, ਹੋਰ ਵੀ ਕਿਸੇ ਦੇ ਕਰਵਾ ਸਕਦੇ ਹੋ, ਬਟ ਇਹ ਬਹੁਤ ਸੋਹਣਾ ਲੱਗ ਲਿਆ ਲਾਈਟ ਜਿਹਾ ਕਲਰ। ਬਾਕੀ ਜਦੋਂ ਸਟਿਚਿੰਗ ਹੋਊਗੀ ਨਾ ਮੈਂ ਜ਼ਰੂਰ ਦਿਖਾਉਂਗੀ ਤੁਹਾਨੂੰ। ਇਸ ਤੋਂ ਬਾਅਦ ਆਹ ਵਾਲਾ ਸੂਟ ਆ, ਇਹ ਵੀ ਤੁਸੀਂ ਆਲਰੇਡੀ ਦੇਖਿਆ ਹੀ ਹੋਇਆ, ਇਹ ਗ੍ਰੇ ਕਲਰ ਆ, ਜਿਹੜੀ ਸ਼ਰਟ ਦਾ ਕਲਰ ਆ ਇਹਦੇ ਉੱਤੇ ਥੋੜ੍ਹਾ ਜਿਹਾ ਡਾਰਕ ਆ ਰਿਹਾ ਹੁਣ। ਆਹ ਦੇਖੋ ਉਹਨਾਂ ਨੇ ਨਾ ਚੌਕ 'ਤੇ ਘੇਰੇ ਨਹੀਂ ਬਣਾਇਆ ਹੋਇਆ, ਸਿਰਫ ਇਹਦਾ ਨੈੱਕ ਬਣਾਇਆ ਸੀ, ਇਹ ਕਰੇਵ ਦੇ ਉੱਤੇ ਬਣਿਆ ਹੋਇਆ ਜੀ, ਇਹ ਸਿਰਫ ਨੈੱਕ ਬਣਿਆ ਹੋਇਆ, ਉਹਨਾਂ ਨੇ ਚੌਕ ਘੇਰਾ ਜਿਹੜਾ ਉਹ ਸਕਿੱਪ ਕਰਵਾਇਆ, ਉਹ ਨਹੀਂ ਉਹਨਾਂ ਨੇ ਬਣਵਾਇਆ, ਆਹ ਉਹਦਾ ਨੈੱਕ ਆ, ਆਹ ਉਹਦੀਆਂ ਬਾਜੂ ਆ, ਅਤੇ ਅਸੀਂ ਬੈਕ 'ਤੇ ਬਣਾਇਆ ਹੋਇਆ ਇਹਦਾ ਨੈੱਕ, ਇਹ ਤੁਸੀਂ ਦੇਖਿਆ ਹੀ ਹੋਇਆ, ਬਟ ਮੈਂ ਫਿਰ ਤੁਹਾਨੂੰ ਦਿਖਾ ਦਿੰਦੀ ਇੱਧਰ ਬਣਿਆ ਹੋਣਾ। ਆਹ ਦੇਖੋ ਉਹ ਸੀ ਬਣਿਆ ਹੋਇਆ, ਇਹ ਵਾਲਾ ਆਪਣਾ ਨੈੱਕ ਆ ਹੈ ਨਾ, ਬੈਕ 'ਤੇ ਜਿਹੜਾ ਤੁਸੀਂ ਆਲਰੇਡੀ ਇਹ ਡਿਜ਼ਾਈਨ ਦੇਖਿਆ ਹੀ ਹੋਇਆ, ਜਿਹੜਾ ਮੈਂ ਪਹਿਲਾਂ ਵੀ 2-3 ਵਾਰੀ ਦਿਖਾ ਚੁੱਕੀ ਹਾਂ। ਬਸ ਇਹ ਸਿਰਫ ਮੈਂ ਤਾਂ ਦਿਖਾ ਰਹੀ ਹਾਂ ਕਿ ਮੈਂ ਤੁਹਾਨੂੰ ਨਾ ਇਹਦੇ ਉੱਪਰ ਦੁਪੱਟਾ ਰੱਖ ਕੇ ਦਿਖਾ ਪਾਵਾਂ ਕਿ ਇਹਦਾ ਦੁਪੱਟਾ ਕਿੱਦਾਂ ਦਾ ਲੱਗਦਾ। ਦੇਖੋ ਬੋਟਮ ਉਹਦੀ ਉੱਦਾਂ ਦੀ ਆ, ਇਹ ਆਪਾਂ ਨਾ ਮਹਿਰੂਨ ਨਹੀਂ ਕਹਿ ਸਕਦੇ, ਇੱਕ ਤਾਂ ਮਹਿਰੂਨ ਹੁੰਦਾ ਥੋੜ੍ਹਾ ਜਿਹਾ ਬਲੈਕਿਸ਼ ਮਹਿਰੂਨ, ਇੱਕ ਰੈਡਿਸ਼ ਮਹਿਰੂਨ, ਇਹ ਨਾ ਵਿੱਚ ਜਿਹਾ ਕਲਰ ਹੈ ਜਿਵੇਂ ਰਸਟ ਜਿਹਾ ਕਲਰ ਵੀ ਦਿਖਦਾ ਆ ਹੈ ਨਾ, ਇੱਦਾਂ ਦਾ ਕਲਰ ਦਿਖਦਾ। ਬਾਕੀ ਜਿਹੜਾ ਇਹ ਕਰੇਵ ਦੇ ਉੱਪਰ ਇਹਦੀ ਫਿਨਿਸ਼ਿੰਗ ਆਉਂਦੀ ਹੈ ਨਾ, ਕਲਰ ਉਹੀ ਸੀ, ਸੇਮ ਹੀ ਹੈ, ਜੇ ਉਹ ਜਿਹੜਾ ਮੈਂ ਪਹਿਲਾਂ ਦਿਖਾਇਆ ਸੀ ਨਾ ਸਭ ਤੋਂ ਪਹਿਲੀ ਵੀਡੀਓ ਦੇ ਵਿੱਚ, ਉਹ ਨਾ ਜੋਰਜਟ ਦੇ ਉੱਤੇ ਸੀ, ਸੋ ਆਪਾਂ ਨੂੰ ਨਾ ਜ਼ਿਆਦਾਤਰ ਵੀਡੀਓ ਦੇ ਵਿੱਚ ਇਹ ਦੇਖ ਰਿਹਾ ਸੀ ਵੀ ਜਿਵੇਂ ਜ਼ਿਆਦਾ ਰਸਟ ਕਲਰ ਹੋਵੇ, ਬਟ ਇਹ ਵਾਲਾ ਐਕਚੁਅਲ ਕਲਰ ਦੇ ਵਿੱਚ ਨਾ ਇਹ ਮਹਿਰੂਨ ਸੀ ਨਾ ਰੈਡਿਸ਼ ਮਹਿਰੂਨ, ਵਿੱਚ ਜਿਹਾ ਕਲਰ ਸੀ, ਉਹ ਡੱਲ ਕਲਰ ਹੋਣ ਕਰਕੇ ਨਾ, ਡੱਲ ਉਹਦਾ ਦੁਪੱਟਾ ਹੋਣ ਕਰਕੇ, ਇਸ ਕਰਕੇ ਆਪਾਂ ਨੂੰ ਉਹ ਪੂਰਾ ਰਸਟ ਦਿਖ ਰਿਹਾ ਸੀ, ਇਹ ਥੋੜ੍ਹਾ ਜਿਹਾ ਸ਼ਾਈਨ ਹੋਣ ਕਰਕੇ ਆਪਾਂ ਨੂੰ ਮਹਿਰੂਨ ਜਿਹਾ ਲੱਗ ਰਿਹਾ। ਅਤੇ ਇਹ ਇਹਦੀ ਬੋਟਮ ਬਣੀ ਹੋਈ ਆ, ਇੱਕ ਨਾ ਸਟੱਫ ਦੇ ਵਿੱਚ ਫਰਕ ਪੈ ਜਾਂਦਾ, ਆਪਣੇ ਮਾਈਂਡ 'ਚ ਇਹ ਹੋ ਜਾਂਦਾ ਵੀ ਸਾਨੂੰ ਐਗਜੈਕਟ ਕਲਰ ਉਸੇ ਚੀਜ਼ 'ਚ ਚਾਹੀਦਾ, ਸੋ ਐਗਜੈਕਟ ਕਲਰ ਉਸੇ 'ਚ ਤਾਂ ਹੀ ਬਣ ਸਕਦਾ ਜੇ ਆਪਾਂ ਸਟੱਫ ਵੀ ਸੇਮ ਯੂਜ਼ ਕਰਾਂਗੇ। ਜੇ ਆਪਾਂ ਸਟੱਫ ਨੂੰ ਚੇਂਜ ਕਰ ਦਾਂਗੇ ਨਾ ਤਾਂ ਫਿਨਿਸ਼ਿੰਗ 'ਚ ਜ਼ਰੂਰ ਫਰਕ ਪੈਂਦਾ। ਰੀਜ਼ਨ ਇਹਦਾ ਇਹ ਹੁੰਦਾ ਕਿਉਂਕਿ ਇਹ ਜਿਹੜਾ ਕੱਪੜਾ ਤੁਸੀਂ ਆਪ ਹੀ ਦੇਖੋ ਨਾ ਕਿੰਨਾ ਸ਼ਾਈਨਫੁੱਲ ਕੱਪੜਾ ਆ, ਤਾਂ ਇਹਦੇ ਡਾਈ ਹੋਊਗਾ ਤਾਂ ਓਬਵੀਅਸ ਗੱਲ ਆ ਇਹ ਸ਼ਾਈਨ ਦਿਖੂਗੀ, ਤਾਂ ਕੱਪੜੇ ਦਾ ਜਿਹੜਾ ਕਲਰ ਹੁੰਦਾ ਨਾ ਆਟੋਮੈਟਿਕਲੀ ਚੇਂਜ ਹੋਊਗਾ। ਬਟ ਜਿਹੜਾ ਜੋਰਜਟ ਹੁੰਦਾ ਨਾ ਉਹ ਡੱਲ ਕਲਰ ਹੁੰਦਾ, ਲਾਈਕ ਸੋਰੀ ਡੱਲ ਕੱਪੜਾ ਹੁੰਦਾ ਤਾਂ ਡੱਲ ਹੀ ਕਲਰ ਆਉਂਦਾ ਉਹਦੇ 'ਤੇ, ਓਬਵੀਅਸਲੀ ਗੱਲ ਆ ਨਾ, ਜੇ ਆਪਾਂ ਉਹਨੂੰ ਡਾਈ ਕਰਾਂਗੇ ਤਾਂ ਉਹ ਡੱਲ ਹੀ ਆਊਗਾ ਕਿਉਂਕਿ ਉਹਦੇ ਵਿੱਚ ਕੋਈ ਸ਼ਾਈਨ ਨਹੀਂ ਹੁੰਦੀ, ਜੋਰਜਟ ਦੇ ਵਿੱਚ ਕੋਈ ਵੀ ਸ਼ਾਈਨ ਨਹੀਂ ਹੁੰਦੀ, ਉਹ ਬਿਲਕੁਲ ਲਾਈਕ ਸ਼ਾਈਨ ਤੋਂ ਤਾਂ ਬਿਲਕੁਲ ਹੀ ਉਹ ਪਰੇ ਹੁੰਦਾ ਆ, ਤਾਂ ਹੀ ਕਈ ਲੋਕ ਉਹਨੂੰ ਪਸੰਦ ਨਹੀਂ ਕਰਦੇ। ਸੋ ਪਲੀਜ਼ ਜਦੋਂ ਆਪਾਂ ਕੋਈ ਤਾਂ ਸਾਡੇ ਤੋਂ ਸਟੱਫ ਲੈਂਦੇ ਹੋ ਜਾਂ ਤੁਹਾਨੂੰ ਕਲਰ ਕੰਬੀਨੇਸ਼ਨ ਸੇਮ ਚਾਹੀਦੇ ਆ ਨਾ, ਤਾਂ ਸਟੱਫ ਵੀ ਸੇਮ ਮਿਲੂਗਾ ਤਾਂ ਹੀ ਤੁਹਾਨੂੰ ਉਹ ਸੇਮ ਮਿਲਣਗੇ, ਅਦਰਵਾਈਜ਼ 19-21 ਦਾ ਫਰਕ ਵੈਸੇ ਵੀ ਰਹਿ ਜਾਂਦਾ ਆ। ਤਾਂ ਸਟੱਫ ਨੂੰ ਪਲੀਜ਼ ਧਿਆਨ ਨਾਲ ਚੈੱਕ ਕਰਿਆ ਕਰੋ, ਧਿਆਨ ਨਾਲ ਦੇਖਿਆ ਕਰੋ ਕਿ ਜੇ ਉਸੇ 'ਤੇ ਚਾਹੀਦਾ ਤਾਂ ਸੇਮ ਮਿਲੂਗਾ, ਜੇ ਤੁਸੀਂ ਸਟੱਫ ਚੇਂਜ ਕਰਵਾਓਗੇ ਤਾਂ ਤੁਹਾਨੂੰ ਇਹ ਕਲਰ ਜ਼ਰੂਰ ਚੇਂਜ ਆਊਗਾ ਹੀ ਆਊਗਾ ਥੋੜ੍ਹਾ ਬਹੁਤ। ਸੋ ਇਸ ਕਰਕੇ ਮੈਂ ਤੁਹਾਨੂੰ ਵੀਡੀਓ 'ਚ ਦੱਸ ਰਹੀ ਹਾਂ ਕਿਉਂਕਿ ਮੈਨੂੰ ਕੁਐਸਚਨ ਪੁੱਟ ਕੀਤਾ ਸੀ ਕਿਸੇ ਨੇ ਕਿ ਇਹ ਕਿੱਦਾਂ ਦਾ ਕਲਰ ਲੱਗ ਰਿਹਾ ਅਤੇ ਉਹ ਕਿੱਦਾਂ ਦਾ ਸੀ, ਇਹਦਾ ਰੀਜ਼ਨ ਇਹੀ ਆ। ਐਂਡ ਇਹਦਾ ਜਿਹੜਾ ਦੁਪੱਟਾ ਬਣਾਇਆ ਨਾ ਅਸੀਂ, ਦੁਪੱਟਾ ਦੇਖੋ ਇੱਦਾਂ ਬਣਾਇਆ ਆ, ਡਬਲ ਕਲਰ ਕਰ ਦਿੱਤੇ ਆ ਅਸੀਂ, ਇਹਦਾ ਗ੍ਰੇ ਐਂਡ ਮਹਿਰੂਨਿਸ਼ ਜਿਹੜਾ ਕਲਰ ਹੈ ਇਹਦਾ ਸਲਵਾਰ ਦਾ ਉਹ ਵਾਲਾ। ਆਹ ਦੇਖੋ ਵਿੱਚ ਨਾ ਅਸੀਂ ਸਿੰਗਲ ਜਿਹੜਾ ਟੈਂਕੇ ਵਾਲਾ ਗੋਟਾ ਹੁੰਦਾ ਨਾ ਉਹ ਲਗਾਇਆ, ਉਹ ਅਸੀਂ ਇੱਥੇ ਨਹੀਂ ਲਗਾਇਆ, ਇੱਦਾਂ ਨਹੀਂ ਲਗਾਇਆ ਹੈਗਾ। ਇਹਦਾ ਰੀਜ਼ਨ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ,
ਜੇ ਕੋਈ ਕਵੇ ਕਿ ਸਾਨੂੰ ਸਿਰਫ ਇੰਨੀਆਂ ਡੱਬੀਆਂ ਹੀ ਚਾਹੀਦੀਆਂ ਆ ਤਾਂ ਫਿਰ ਨਾ ਸਾਨੂੰ ਦੁਪੱਟਾ ਕੱਟਣਾ ਪੈਂਦਾ ਜੀ। ਦੇਖੋ ਕਿੰਨੇ ਵਾਰੀ ਸਾਨੂੰ ਕੱਟਣਾ ਪੈਣਾ, ਇੰਨੀ ਇੰਨੀ ਜਗ੍ਹਾ ਇਹਦੀ ਕੱਟ ਕੇ ਫਿਰ ਡਾਈ ਹੋ ਕੇ ਫਿਰ ਇਹ ਜੁੜੂਗਾ। ਅਦਰਵਾਈਜ਼ ਪਤਾ ਕੀ ਹੁੰਦਾ, ਡਾਈ ਵਾਲੇ ਆਪਣੇ ਵੱਲੋਂ ਹਨਾ ਡਾਇਰ ਜ਼ਰੂਰ ਕੋਸ਼ਿਸ਼ ਕਰਦਾ ਵੀ ਡਾਈ ਜਿਹੜੀ ਆ ਸਿਰਫ ਸੈਂਟਰ ਸੈਂਟਰ 'ਚ ਹੀ ਰਹੇ ਜਿਵੇਂ ਲਾਈਨ ਸਿੱਧੀ ਜਾਂਦੀ ਹੈ, ਪਰ ਇਹ ਪੋਸੀਬਿਲਿਟੀ ਨਹੀਂ ਹੈਗੀ। ਤੁਹਾਨੂੰ ਵੀ ਪਤਾ ਉਹਦੇ ਇਹਦੇ 'ਤੇ ਇੰਨੀ ਮਿਹਨਤ ਲੱਗ ਜਾਂਦੀ ਹੈ ਅਤੇ ਉਹਦੇ 'ਤੇ ਕਿੰਨਾ ਮੁਸ਼ਕਿਲ ਹੋਊਗਾ ਡਾਈ ਵਾਲੇ ਨੂੰ ਬਿਲਕੁਲ ਸਟਰੇਟ ਕਰਨਾ। ਸੋ ਪਲੀਜ਼ ਜਦੋਂ ਇੱਦਾਂ ਦਾ ਦੁਪੱਟਾ ਕਰਾਉਂਦੇ ਹੋ ਥੋੜ੍ਹਾ ਬਹੁਤ ਤਾਂ ਇੱਧਰ ਉੱਧਰ ਹੋ ਜਾਂਦਾ ਦੁਪੱਟੇ ਦਾ, ਤਾਂ ਹੀ ਅਸੀਂ ਬੋਕਸਿਸ ਨਹੀਂ ਬਣਾਏ, ਨਹੀਂ ਤਾਂ ਅਸੀਂ ਇੱਥੇ ਵੀ ਇਹ ਲਗਾ ਸਕਦੇ ਸੀ ਲੈਸ। ਇਸ ਕਰਕੇ ਅਸੀਂ ਇਹਦੇ ਸੈਂਟਰ ਸੈਂਟਰ 'ਚ ਧਰ ਦਿੱਤੀ ਆ। ਸੋ ਇਹਦੀ ਫਿਨਿਸ਼ਿੰਗ ਐਗਜੈਕਟਲੀ ਦੁਪੱਟੇ ਦੀ ਇਹ ਆ। ਸੋਰੀ ਮੇਰਾ ਨੀਚੇ ਦੁਪੱਟਾ ਦੇਖ ਰਿਹਾ ਹੋਣਾ ਤਾਂ ਵੈਸੇ ਤੁਹਾਨੂੰ ਦਿਖ ਜੂਗੀ ਇਹਦੀ ਐਗਜੈਕਟਲੀ ਫਿਨਿਸ਼ਿੰਗ ਇਹ ਆ ਇਹਦੀ। ਸੋ ਜੇ ਤੁਸੀਂ ਇੱਦਾਂ ਬਿਲਕੁਲ ਪਰਫੈਕਟ ਚਾਹੁੰਦੇ ਹੋ ਵੀ ਸਾਡੀ ਜਿਹੜੀ ਹੈ ਨਾ ਬੋਕਸਿਸ ਦੇ ਵਿੱਚ ਹੀ ਲੈਸ ਆਵੇ, ਫਿਰ ਸਾਨੂੰ ਨਾ ਇਹ ਸਾਰਾ ਕੱਟਣਾ ਪੈਣਾ ਦੁਪੱਟਾ, ਅਲੱਗ ਅਲੱਗ ਡਾਈ ਕਰਕੇ ਫਿਰ ਇਹ ਜੁੜੂਗਾ, ਫਿਰ ਇਹ ਦੁਪੱਟੇ ਦੀ ਫਿਨਿਸ਼ਿੰਗ ਉਵੇਂ ਦੀ ਆਊਗੀ। ਅਤੇ ਜਿਹੜੀ ਇਹਦੀ ਸਾਈਡਸ 'ਤੇ ਅਸੀਂ ਲਗਾਈ ਹੋਈ ਹੈ ਇਹਦੀ ਚੰਪਾ ਲੈਸ ਲਾਈ ਹੋਈ ਆ, ਕਿਉਂਕਿ ਨਾ ਸੂਟ ਆਲਰੇਡੀ ਬਹੁਤ ਹੈਵੀ ਹੋ ਜਾਂਦਾ, ਫਿਰ ਆਪਾਂ ਨੂੰ ਦੁਪੱਟਾ ਵੀ ਇੰਨਾ ਹੈਵੀ ਕਰਨ ਦੀ ਨੀਡ ਨਹੀਂ ਹੁੰਦੀ। ਸੋ ਜਿੰਨਾ ਸਿੰਪਲ ਅਤੇ ਸੋਬਰ ਰੱਖਾਂਗੇ ਦੁਪੱਟਾ ਉਨਾ ਹੀ ਵਧੀਆ, ਕਿਉਂਕਿ ਇਹ ਦੁਪੱਟੇ ਕਿਤੇ ਵੀ ਨਹੀਂ ਜਾਂਦੇ ਹੁੰਦੇ, ਦੁਪੱਟੇ ਆਪਣੇ ਬਾਅਦ 'ਚੋਂ ਵੀ ਯੂਜ਼ ਹੋ ਜਾਂਦੇ ਆ ਨਾ। ਸੂਟ ਤਾਂ ਕਈ ਵਾਰੀ ਆਪਾਂ ਅੱਕ ਵੀ ਜਾਂਦੇ ਹਾਂ, ਬਾਰ ਬਾਰ ਤਾਂ ਇੱਕ ਚੀਜ਼ ਆਪਾਂ ਪਾ ਵੀ ਨਹੀਂ ਸਕਦੇ। ਸੋ ਸੂਟ ਆਪਾਂ ਚੇਂਜ ਕਰ ਸਕਦੇ ਹਾਂ ਬਟ ਦੁਪੱਟੇ ਨਾਲ ਆਪਾਂ ਕੁਛ ਵੀ ਬਣਾ ਸਕਦੇ ਹਾਂ। ਸੋ ਦੁਪੱਟਾ ਹਮੇਸ਼ਾ ਪਿਓਰ ਵਗੈਰਾ ਦਾ ਇਸ ਚੀਜ਼ 'ਚ ਲੈਣਾ ਚਾਹੀਦਾ, ਕਿਉਂਕਿ ਇਹਨਾਂ 'ਤੇ ਐਗਜੈਕਟ ਕਲਰ ਆਉਂਦਾ ਇਹਦਾ। ਸੋ ਇਹ ਸੂਟ ਵੀ ਤੁਸੀਂ ਆਲਰੇਡੀ ਦੇਖਿਆ ਹੋਇਆ ਬਟ ਮੈਂ ਤੁਹਾਨੂੰ ਦੁਪੱਟਾ ਦਿਖਾਉਣਾ ਚਾਹੁੰਦੀ ਸੀ, ਇਸ ਕਰਕੇ ਮੈਂ ਨਾਲ ਸੂਟ ਵੀ ਦਿਖਾ ਦਿੱਤਾ। ਇਹ ਦੋ ਸੂਟ ਅਤੇ ਇੱਕ ਫੁਲਕਾਰੀ ਸੀ ਜਿਹੜੀ ਮੈਂ ਤੁਹਾਨੂੰ ਦਿਖਾਈ ਹੈ, ਆਲਰੇਡੀ ਹੈ ਨਾ ਤੁਸੀਂ ਦੇਖ ਚੁੱਕੇ ਹੋ, ਪਹਿਲਾਂ ਵੀ ਤੁਸੀਂ ਦੇਖੇ ਹੋਏ ਆ, ਬਟ ਉਹਦਾ ਤਾਂ ਦੁਪੱਟਾ ਦਿਖਾਉਣ ਵਾਸਤੇ ਮੈਂ ਤੁਹਾਨੂੰ ਇਹ ਵੀਡੀਓ ਦੁਬਾਰਾ ਬਣਾਈ ਆ, ਐਂਡ ਉਹਦਾ ਕਲਰ ਕੋਂਬੀਨੇਸ਼ਨਸ ਵਾਸਤੇ ਮੈਂ ਦੁਬਾਰਾ ਵੀਡੀਓ ਬਣਾਈ ਆ। ਬਾਕੀ ਜਦੋਂ ਉਹਦੀ ਸਟਿਚਿੰਗ ਹੋ ਗਈ ਮੈਂ ਜ਼ਰੂਰ ਦੱਸੂਗੀ। ਅਤੇ ਫੁਲਕਾਰੀ ਹੈ ਜੀ, ਫੁਲਕਾਰੀ ਤੁਸੀਂ ਜੇ ਔਨ ਆਰਡਰ 'ਤੇ ਬਣਵਾਉਂਦੇ ਹੋ ਤਾਂ ਨੀਅਰਲੀ 2 ਐਂਡ 3 ਮੰਥਸ ਲੱਗ ਜਾਂਦੇ ਆ ਉਹਨੂੰ ਬੰਨ ਦੇ ਵਿੱਚ। ਸੋ ਇਹ ਸਾਡੇ ਕੋਲ ਰੈਡੀ ਪਈ ਆ, ਤੁਸੀਂ ਇੱਦਾਂ ਹੀ ਬਾਏ ਕਰ ਸਕਦੇ ਹੋ। ਐਂਡ ਫਿਰ ਮੈਂ ਦੱਸਦੀ ਹਾਂ ਜੀ, ਇਹ ਡਿਸਕਾਊਂਟ ਦੇ ਉੱਤੇ ਆ, ਸੋ ਤੁਸੀਂ ਇਹਨੂੰ ਸਾਨੂੰ ਪਲੀਜ਼ ਸਕਰੀਨਸ਼ੋਟ ਕਰਕੇ ਭੇਜ ਦਿਓ, ਅਸੀਂ ਤੁਹਾਨੂੰ ਇਹਦਾ ਪ੍ਰਾਈਸ ਵਟਸਐਪ 'ਤੇ ਦੱਸ ਦਾਂਗੇ। ਐਂਡ ਜਿਹੜਾ ਮੇਰਾ ਨੰਬਰ ਹੈ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੁੰਦਾ ਆ, ਐਂਡ ਮੇਰੀ ਯੂਨੀਕ ਕਲੈਕਸ਼ਨ ਆਈਡੀ ਵੀ ਉਹਦੇ ਵਿੱਚ ਲਿਖੀ ਹੋਈ ਇੰਸਟਾਗ੍ਰਾਮ ਦੀ। ਸੋ ਪਲੀਜ਼ ਤੁਸੀਂ ਉੱਥੇ ਜਾ ਕੇ ਵੀ ਮੈਨੂੰ ਫੋਲੋ ਕਰਿਆ ਕਰੋ, ਐਂਡ ਉੱਥੇ ਵੀ ਮੈਂ ਆਪਣੇ ਜਿਹੜੇ ਸੂਟਸ ਆ ਉਹਦੇ ਡਿਜ਼ਾਈਨਸ ਅਪਲੋਡ ਕਰਦੀ ਰਹਿੰਦੀ ਹਾਂ। ਸੋ ਮੈਨੂੰ ਉੱਥੇ ਵੀ ਤੁਸੀਂ ਫੋਲੋ ਕਰੋ, ਬਾਕੀ ਮੈਨੂੰ ਮੈਸੇਜ 'ਤੇ ਜਾਂ ਕਾਲ 'ਤੇ ਜ਼ਰੂਰ। ਮੈਂ ਕਦੇ ਕਾਲ ਨਹੀਂ ਵੀ ਪਿੱਕ ਹੁੰਦੀ ਬਟ ਆਲਮੋਸਟ ਮੈਂ ਕਾਲ ਪਿੱਕ ਕਰ ਲੈਂਦੀ ਹਾਂ। ਪਲੀਜ਼ ਆਪਣਾ ਨੇਮ ਜ਼ਰੂਰ ਮੈਂਸ਼ਨ ਕਰ ਦਿਆ ਕਰੋ ਜਦੋਂ ਮੈਸੇਜ ਕਰਦੇ ਹੋ। ਸਤਿ ਸ਼੍ਰੀ ਅਕਾਲ।